पूरी सरकारी हस्पताल का अचानक दौरा किया, की मकसद की है? थोड़ा जेटा मैंने मुख्यमंत्री साहब ने इमीडिएट टारगेट दिता कि सब तो पहला काम है कि सफाई होनी चाहिए है, स्टाफ की सेफ्टी होनी चाहिए और दवाई मिलनी चाहिए है। यह साडा 6 महीने का टारगेट है। साडे मुख्यमंत्री साहब का टीचा है कि आने वाले 1-2 साल के सारे टैस्ट हस्पताल छोड़ेंगे, सारिया दवाइया चाहे पेशेंट का 10 लाख का 15 लाख का पेशेंट होगा सारा कुछ पेशेंट लिए फ्री होगा, स्पैशल कमरा कोई नहीं होगा। जो हैल्थ मिनिस्टर भी बीमार हो जाएगा उसे मंजे रहेगा जितने मरीजों को पाना उदिया कर देंगे जी, उस उदिया कर देंगे, सारे एयर कंडीशन कर देंगे, सेहत मंत्री भी उत्थे पेगा, साडे मुख्यमंत्री साहब भी उत्थे पैणगे। रब ना करे पूरी सरकारी हस्पताल का अचानक दौरा किया, की मकसद की? देखो ये साडा जिहड़ा मकसद हैगा, साडे जिहड़े मानयोग मुख्यमंत्री साहब भगवंत सिंह मान उन्होंने जिहड़ी मेरी ड्यूटी लगाई है कि जिहड़ियां पंजाब दे लोकां नूं आपां विश्व पद्धरी सेहत सेवावां देणियां जिहड़ियां कि उन्हां वास्ते फ्री होणगियां, उहदे विच प्राइमरी केयर, सैकंडरी केयर, टर्शरी केयर, जिवें प्राइमरी केयर दे विच 500 मुल्ला क्लिनिक उन्होंने खोले आ, उत्थे लोकां नूं बहुत अच्छी सुविधा जो कदे भी नहीं मिलदी सी कि टैसट भी उत्थे हुंदे आ, फ्री कंसल्टेशन आ और दवाइयां सारियां मिलदियां, बाहरों पेशेंट नूं कुछ नहीं लैणा पैंदा। इसे तरह हुण साडी जिहड़ी दूजी कड़ी आ सैकंडरी केयर, उहदे विच साडे सब डिवीजन हॉस्पिटल्स आ, इहदे विच जिवें इह साडे मुख्यमंत्री साहब दी होम कॉन्स्टिट्यूएंसी आ, असीं इत्थों इहदी शुरुआत कर रहे हां और पंजाब दे विच जिन्ने साडे पूरे सब डिवीजन हॉस्पिटल आ 39 हैगे आ, इसे तरह साडे जिहड़े डिस्ट्रिक्ट हॉस्पिटल आ ओह 23 ਹੈ ਗਿਆ, ਉਹ ਸਾਰਾ ਜਿਹੜਾ ਸਾਡੇ ਇਹ ਸਾਡੀ ਸੈਕੰਡਰੀ ਕੇਅਰ 'ਚ ਆਉਂਦੇ ਆ, ਇਸੇ ਤਰ੍ਹਾਂ ਸਾਡੇ ਕਮਿਊਨਿਟੀ ਹੈਲਥ ਸੈਂਟਰ ਆਉਂਦੇ ਆ, ਇਹ ਸਾਰਿਆਂ ਨੂੰ ਅਸੀਂ ਜਿਹੜੇ ਹੈਗੇ ਆ ਇਹਨਾਂ ਨੂੰ ਵੀ ਜਿਸ ਤਰ੍ਹਾਂ ਪਿੱਛੇ ਜੇ ਸਾਡੇ ਮੁੱਖ ਮੰਤਰੀ ਸਾਹਿਬ ਨੇ 271 ਸਪੈਸ਼ਲਿਸਟ ਡਾਕਟਰ ਰੱਖਿਆ, ਅਜੇ ਵੀ ਸਾਡੇ ਕੋਲ ਬਹੁਤ ਘੱਟ ਹੈ, ਸਾਡੇ ਕੋਲ ਕਾਫੀ ਵੈਕੈਂਸੀਜ਼ ਹੈ, ਅਸੀਂ ਨਾਰਥਨ ਇੰਡੀਆ ਵਿੱਚ ਦਿੱਲੀ ਤੋਂ ਬਾਅਦ ਦੂਜੇ ਨੰਬਰ 'ਤੇ ਆ ਗਏ ਹਾਂ, ਲੇਕਿਨ ਅਜੇ ਵੀ ਜਿਹੜਾ ਸਾਡਾ ਹੈਗਾ ਅਸੀਂ ਸਾਰੀਆਂ ਜਿੰਨੀਆਂ ਸਾਰੀਆਂ ਵੈਕੈਂਸੀਜ਼ ਭਰ ਕੇ 650 ਦੇ ਕਰੀਬ ਹੈਗੀਆਂ, ਸਾਰੀਆਂ ਸਪੈਸ਼ਲਿਸਟ ਸਰਵਿਸ ਜਿਵੇਂ ਇੱਥੇ ਐਨੈਸਥੈਟਿਸਟ ਨਹੀਂ ਹੈ ਉਹਦੇ 'ਚ ਮੈਂ ਰੈਸ਼ਨਲਾਈਜੇਸ਼ਨ ਕਰ ਰਿਹਾ ਹੈਗਾ। ਇਸ ਤੋਂ ਬਾਅਦ ਸਾਡੀ ਟਰਸ਼ੀ ਕੇਅਰ ਹੈ, ਜਿਸ ਤਰ੍ਹਾਂ ਮੈਡੀਕਲ ਕਾਲਜ ਹੋ ਗਿਆ, ਤੁਹਾਡੇ ਇੱਥੇ PGI ਦਾ ਸੈਂਟਰ ਹੈਗਾ, ਕੈਂਸਰ ਸੈਂਟਰ ਹੈਗਾ, ਉਹਨਾਂ ਇਹਨਾਂ ਸਾਰਿਆਂ ਦੇ ਵਿੱਚ ਜਿਹੜੀਆਂ ਹੈਗੀਆਂ, ਮਤਲਬ ਸਾਡੇ ਮੁੱਖ ਮੰਤਰੀ ਸਾਹਿਬ ਦਾ ਟੀਚਾ ਹੈ ਕਿ ਆਉਣ ਵਾਲੇ 1-2 ਸਾਲ ਦੇ ਵਿੱਚ ਸਾਰੇ ਟੈਸਟ ਹਸਪਤਾਲ ਛੋਣਗੇ, ਸਾਰੀਆਂ ਦਵਾਈਆਂ ਚਾਹੇ ਪੇਸ਼ੈਂਟ ਦਾ 10 ਲੱਖ ਦਾ 15 ਲੱਖ ਦਾ ਪੇਸ਼ੈਂਟ ਹੋਏਗਾ ਸਾਰਾ ਕੁਝ ਪੇਸ਼ੈਂਟ ਲਈ ਫ੍ਰੀ ਹੋਏਗਾ। ਸੋ ਇਹ ਸਾਡੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈ। ਸਰ 40 ਸਾਲ ਤੋਂ 50 ਬੈੱਡ ਜਿਹੜੀ ਹੈ ਜੀ ਹਸਪੀਟਲ, 20 ਤੋਂ 50 ਹੁਣ ਦੇਖੋ CMCT ਬਣ ਗਿਆ ਜੀ, ਇਹਦੀ ਬੈੱਡਡ ਸਮਰੱਥਾ ਸਰ ਵਧਾ ਦਿੱਤੀ ਜਾਵੇ? ਉਹ ਵੀ ਵਧਾਵਾਂਗੇ ਜੀ। ਪਹਿਲੀ ਗੱਲ ਤਾਂ ਇਹ ਵੀ ਜਿਹੜਾ ਤੁਹਾਡਾ 50 ਬੈੱਡ ਹੈ ਕਿ ਉੱਥੇ ਸਾਰੀਆਂ ਸਹੂਲਤਾਂ ਮਿਲਦੀਆਂ ਸੀ ਮਰੀਜ਼ ਨੂੰ? ਹਾਂਜੀ, ਠੀਕ ਹੈ ਜੀ। ਉੱਥੇ ਦਵਾਈਆਂ ਮਿਲਦੀਆਂ ਸੀ, ਨਹੀਂ ਮਿਲਦੀਆਂ ਸੀ? ਉੱਥੇ ਸਪੈਸ਼ਲਿਸਟ ਸੀਗੇ, ਨਹੀਂ ਸੀਗੇ? ਉੱਥੇ ਮਤਲਬ ਇਹਨੂੰ ਅਸੀਂ ਇੱਕ ਗੈਪ ਅਨਾਲਿਸਿਸ ਕਰ ਰਹੇ ਹਾਂ ਸਾਰੇ ਪੰਜਾਬ ਦਾ ਅਸੀਂ, ਤੇ ਕਿਹੜੇ ਕਿਹੜੇ ਗੈਪ ਹੈਗੇ ਆਪਣੇ, ਬਿਲਡਿੰਗ ਦੀ ਕਿੰਨੀ ਹੈ, ਬਿਲਡਿੰਗ ਦੀ ਕੀ ਰਿਕੁਆਇਰਮੈਂਟ ਹੈ, ਸਟਾਫ ਦੀ ਕੀ ਰਿਕੁਆਇਰਮੈਂਟ ਹੈ, ਮੈਡੀਸਨ ਦੀ ਹੋਰ ਜਿਹੜੀ ਇਕੁਪਮੈਂਟ ਦੀ ਕੀ ਰਿਕੁਆਇਰਮੈਂਟ ਹੈ, ਉਹ ਸਾਰੇ ਜਿਹੜੇ ਡਾਕਟਰਸ ਨੂੰ ਵੀ ਅਸੀਂ ਬੈਸਟ ਪੋਸੀਬਲ ਵਰਕਿੰਗ ਕੰਡੀਸ਼ਨਸ ਦੇਣੀਆਂ ਹੈਗੀਆਂ। ਸੋ ਇਹ ਸਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਜਿਹੜੀ 6 ਮਹੀਨੇ ਦੇ ਵਿੱਚ ਸਾਰੇ ਸਾਡਾ ਜਿਹੜਾ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਇਮੀਡੀਏਟ ਟਾਰਗੇਟ ਦਿੱਤਾ ਕਿ ਸਭ ਤੋਂ ਪਹਿਲਾ ਕੰਮ ਹੈ ਕਿ ਸਫਾਈ ਹੋਣੀ ਚਾਹੀਦੀ ਹੈ, ਸਟਾਫ ਦੀ ਸੇਫਟੀ ਹੋਣੀ ਚਾਹੀਦੀ ਹੈ ਔਰ ਦਵਾਈ ਮਿਲਣੀ ਚਾਹੀਦੀ ਹੈ। ਇਹ ਸਾਡਾ 6 ਮਹੀਨੇ ਦਾ ਟਾਰਗੇਟ ਹੈ। ਬਾਕੀ ਜਿਹੜੇ ਸਾਡੇ ਹੋਸਪਿਟਲ ਹੈ ਉਹ ਬਿਲਕੁਲ ਲਾਈਕ ਕਾਰਪੋਰੇਟ ਹੋਸਪਿਟਲਸ ਹੋਣ, ਉਹਨਾਂ ਤੋਂ ਵੀ ਵਧੀਆ ਹੋਣ, ਉਹੋ ਜਿਹੀਆਂ ਸਹੂਲਤਾਂ ਹੋਣ, ਉਸ ਤੋਂ ਵਧੀਆ ਸਹੂਲਤਾਂ ਹੋਣ, ਇਹ ਸਾਡਾ ਆਉਣ ਵਾਲੇ 1-1.5 ਸਾਲ ਦਾ ਟਾਰਗੇਟ ਹੈ। ਅਤੇ ਅਸੀਂ ਸਾਡੇ ਕੋਲ ਸਾਰੇ ਸਪੈਸ਼ਲਿਸਟ ਹੋਣ, ਕਿਉਂਕਿ ਜਿਹੜੇ ਡਾਕਟਰ ਉਹਨੂੰ ਟ੍ਰੇਨ ਕਰਨ ਨੂੰ ਸਾਨੂੰ ਇੱਕ ਮੈਡੀਕਲ ਟੀਚਰ ਪ੍ਰੋਡਿਊਸ ਕਰਨ ਨੂੰ 10 ਸਾਲ ਲੱਗਦੇ ਆ ਜੀ, ਇੱਕ ਸਪੈਸ਼ਲਿਸਟ ਪ੍ਰੋਡਿਊਸ ਕਰਨ ਨੂੰ ਘੱਟੋ ਘੱਟ ਵੀ ਸਾਨੂੰ ਜਿਹੜੇ ਆਫਟਰ MBBS ਹੈ ਉਹ 6 ਸਾਲ ਜਿਹੜਾ ਹੈਗਾ ਜਿਹੜਾ ਟ੍ਰੇਨ ਸਪੈਸ਼ਲਿਸਟ। ਸਰ ਧੂਰੀ ਸਰਕਾਰੀ ਹਸਪਤਾਲ 'ਚ ਪਿਛਲੇ ਲੰਬੇ ਸਮੇਂ ਤੋਂ ਅਲਟਰਾਸਾਊਂਡ ਮਸ਼ੀਨ ਨਹੀਂ ਹੈ, ਜੋ ਕਿ ਕਿਸੇ ਨੇ ਦਾਨ ਕੀਤੀ ਉਹ ਬੰਦ ਪਈ ਹੈ, ਨਾ ਇੱਥੇ ਡਾਕਟਰ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲ ਸਾਹਮਣਾ ਕਰਨਾ ਪੈਂਦਾ। ਇੱਥੋਂ 15 ਕਿਲੋਮੀਟਰ ਸੰਗਰੂਰ ਜਾਣਾ ਪੈਂਦਾ ਕਿਸੇ ਗਰੀਬ ਬੰਦੇ ਨੂੰ, 5-5 ਹਜ਼ਾਰ ਰੁਪਏ ਟੈਸਟਾਂ ਦਾ ਵੀ ਦੇਣਾ। ਇਸੇ ਵਾਸਤੇ ਵਿਜ਼ਿਟ ਹੈ ਸਾਡੀ, ਮੈਡਮ ਵੀ ਆਇਆ ਮੇਰੇ ਨਾਲ, ਅਸੀਂ ਸਾਰੇ ਦੇਖ ਰਹੇ ਹਾਂ, ਇਹ ਰੈਗੂਲਰਲੀ ਉਹਨੂੰ ਕਰ ਰਹੇ ਹਾਂ, ਇੱਥੇ ਜਿਹੜਾ ਇਹਦੀ ਫੋਲੋਅਪ ਕਰ ਰਹੇ ਹਾਂ, ਸਾਰੀਆਂ ਮਸ਼ੀਨਾਂ ਆਉਣਗੀਆਂ ਜੀ, ਸਾਰੇ ਸਪੈਸ਼ਲਿਸਟ ਆਉਣਗੇ, ਇੱਥੇ ਐਨੈਸਥੈਟਿਸਟ ਨਹੀਂ ਹੈ, ਬੇਹੋਸ਼ੀ ਵਾਲਾ ਡਾਕਟਰ ਨਹੀਂ ਹੈ, ਮਤਲਬ ਸਰਜਨ ਨਹੀਂ ਹੈ। ਸੋ ਇਹ ਜਿਹੜੇ ਗੈਪ ਹੈਗੇ ਆ, ਮੈਂ ਸਾਰਾ ਕੁਝ ਇਹੀ ਦੇਖਣਾ ਵੀ ਕਿਹੜੀ ਕਿਹੜੀ ਕਮੀ ਪੇਸ਼ੀ ਆ, ਸਾਰੀਆਂ ਪੂਰੀਆਂ ਕਰਾਂਗੇ, ਇੱਥੇ ਵੀ ਕਰਾਂਗੇ, ਸਿਵਲ ਹਸਪੀਟਲ ਸੰਗਰੂਰ 'ਚ ਵੀ ਕਰਾਂਗੇ, ਸੁਨਾਮ 'ਚ ਵੀ ਕਰਾਂਗੇ, ਸਾਰੇ ਪੰਜਾਬ 'ਚ ਕਰਾਂਗੇ। ਸਰ ਜੋ ਦਵਾਈਆਂ ਨੇ ਬਹੁਤ ਲੋਅ ਕੁਆਲਿਟੀ ਦੀਆਂ ਲਈਆਂ ਜਾ ਰਹੀਆਂ ਸਰਕਾਰੀ ਤੌਰ ਤੇ, ਤੁਸੀਂ ਪਿਛਲੀ ਗੱਲ ਕਰਦੇ ਹੋਗੇ ਜੀ, ਅਸੀਂ ਜਿਹੜੀ ਟੌਪ ਜਿਹੜੀ ਜਿਹੜੀਆਂ ਸਾਰੀਆਂ ਮੈਡੀਸਨ ਆਉਂਦੀਆਂ, ਪਹਿਲਾਂ ਉਹਨਾਂ ਦੀ ਕੁਆਲਿਟੀ ਚੈੱਕ ਹੁੰਦੀ ਹੈ ਜੀ, ਫਿਰ ਸਪਲਾਈ ਹੁੰਦੀ ਹੈ, ਇਹ ਸਾਰੀ ਇੱਕ ਪ੍ਰੋਸੈਸ ਹੈ, ਇਹ ਸਾਰੀਆਂ ਅਸੀਂ ਸਾਰਾ ਪ੍ਰੋਸੈਸ ਟਰਾਂਸਪੇਰੈਂਟ ਕਰ ਰਹੇ ਹਾਂ। ਕੋਈ ਵੀ ਦਵਾਈ ਜੇ ਸਬ ਸਟੈਂਡਰਡ ਹੋਏਗੀ ਤਾਂ ਮੈਨੂੰ ਤੁਸੀਂ ਦੱਸਣਾ, ਇਦਾਂ ਵੇਖ ਗੱਲ ਨਾ ਕਰੋ ਵੀ ਆਹ ਫਲਾਨੀ ਦਵਾਈ ਆਈ ਹੈ ਜੀ, ਇਹ ਘਟੀਆਂ ਨਿਕਲੀ ਆ। ਕੁਝ ਮੈਡੀਸਨ ਪ੍ਰੋਪਰ ਮਿਲਦੀਆਂ ਵੀ ਨਹੀਂ, ਪਰਚੀ ਤਾਂ ਲਿਖੀ ਜਾਂਦੀ ਪਰ ਬਾਹਰੋਂ ਲੈਣੀਆਂ ਪੈਂਦੀਆਂ ਨੇ। ਦੇਖੋ ਇਹ ਸਾਰਾ ਕੁਝ ਸਾਨੂੰ ਲਗੇਸੀ 'ਚ ਮਿਲਿਆ, ਪਹਿਲਾਂ ਹੁੰਦਾ ਸੀਗਾ, ਤੁਹਾਨੂੰ ਮੈਂ ਕਹਿ ਰਿਹਾ ਵੀ ਅਸੀਂ ਸਾਰਾ ਜਿਸ ਤਰ੍ਹਾਂ ਮੱਲਾ ਕਲਿਨਿਕ 'ਚ ਮਿਲਦੀਆਂ ਕਿ ਨਹੀਂ ਮਿਲਦੀਆਂ, ਦੱਸੋ ਤੁਸੀਂ, ਦੱਸੋ ਮੈਨੂੰ, ਪੱਤਰਕਾਰ ਮਿਲਦੀਆਂ ਨਾ ਜੀ, ਟੈਸਟ ਹੁੰਦੇ ਆ ਨਾ ਜੀ, ਡਾਕਟਰ ਆਉਂਦੇ ਆ ਨਾ ਜੀ। ਦੇਖੋ ਉਹਦੇ ਵਿੱਚ ਜਿਹੜਾ ਜਿਹੜਾ ਮੱਲਾ ਕਲਿਨਿਕ ਆ ਉਹਦੇ ਵਿੱਚ 91 ਦਵਾਈਆਂ ਦੀ ਲਿਸਟ ਹੈ, 41 ਜਿਹੜੇ ਹੈਗੇ ਆ ਉਹ ਟੈਸਟ ਹੁੰਦੇ ਆ, ਇੱਥੇ ਜਿਹੜੇ ਟੈਸਟ ਆ ਉਹ ਵੱਧ ਕੇ 120 ਹੋ ਜਾਣਗੇ ਜੀ, ਔਰ ਜਿਹੜੀਆਂ ਦਵਾਈਆਂ ਹੈਗੀਆਂ ਉਹ 180 ਹੋ ਜਾਣਗੀਆਂ। ਜਿਹੜਾ ਟਰਸ਼ੀ ਕੇਅਰ ਹੋਸਪਿਟਲ 'ਚ ਹੋਏਗਾ ਉੱਥੇ ਦੁਨੀਆ ਦੀ ਕੋਈ ਦਵਾਈ ਨਹੀਂ ਹੋਏਗੀ, ਟਰਸ਼ੀ ਕੇਅਰ ਹੋਸਪਿਟਲ 'ਚ ਨਹੀਂ ਮਿਲੇਗੀ। ਇਹ ਸਾਰੇ ਹੋਸਪਿਟਲ ਦੇ ਹਿਸਾਬ ਨਾਲ ਇੱਕ ਜਿਹੜੇ ਸਾਡੇ ਸਟੈਂਡਰਡ ਓਪਰੇਟਿੰਗ ਪ੍ਰੋਸੀਜਰਸ ਔਰ ਜਿਹੜੇ ਬਾਕੀ ਦੇ ਪ੍ਰੋਟੋਕਾਲ ਹੈ ਉਹ ਸਾਰੇ
सारे बनाए जा रहे हैं। ये पहली बारी हो रहा है, ये पहली बारी किसी मुख्यमंत्री ने किया कि आंदे सार नौकरियां भी मिल रही हैं, स्पैशलिस्ट रखे जा रहे हैं, एक प्रॉपर जो सिस्टम है हेल्थ सिस्टम कमरा भी इस हॉस्पिटल च नहीं। अज तुसी कुछ ऐलान करके जाओ, एक भी स्पैशल रूम सर इस हॉस्पिटल च नहीं, सीएम सिटी का हॉस्पिटल है सर, आले दुआले सारे हॉस्पिटल। हाँ, बाकी सारिया गल्लां तुहाडियां मान लईआं जी, स्पैशल कमरा कोई नहीं होगा। जे हेल्थ मिनिस्टर भी बीमार हो जाएगा उसे मंजे होगा जिते मरीजा नूं पाणा, उही वधिया कर दांगे जी, उस उही वधिया कर दांगे, सारे नूं एयर कंडीशन कर दांगे। सेहत मंत्री भी उत्थे पैगा, साडे मुख्यमंत्री साहब भी उत्थे पैणगे, रब ना करे।